ਉਹ ਤੂੰ ਤਾਂ ਵੇਲਾ ਕਰਦਾ ਕਮਲਾ, 69,000 ਕੀਤਾ ਸੀ, ਹੁਣ 1,000 ਰੁਪਇਆ ਹੋਰ ਦਿੱਤਾ ਜੀ 70, ਇੰਨੇ ਚ ਕਹਿੰਦੇ ਗੱਲ ਨੀ ਬਣਦੀ, ਚਾਚਾ ਲੈ ਗਿਆ ਕਹਿੰਦਾ ਮੈਂ ਇੰਨੇ ਚ ਨੀ ਦੇਣਾ। ਚਾਚਾ ਹੋ ਚੱਲੀ ਗੱਲ, ਹੋ ਚੱਲੀ। ਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ, ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਥੋੜ੍ਹੀ ਜਿਹੀ ਜਲਦੀ ਆ, ਮੰਡੀ ਜਾਣਾ ਵਾ ਛੇਤੀ ਛੇਤੀ, ਪਸ਼ਬੀਰ ਦਾ ਫੋਨ 'ਤੇ ਫੋਨ ਆਉਣ ਦਿਆ, ਮੈਂ ਥੋੜ੍ਹਾ ਜਿਹਾ ਲੇਟ ਉੱਠਿਆ ਸੀਗਾ, ਅਤੇ ਲਿਹਾਜ਼ਾ ਪਰਿੰਦਿਆਂ ਦੇ ਮੈਂ ਕੱਢ ਕੇ ਬਾਹਰ ਰੱਖਤੇ ਨੇ ਖੁੱਡੇ, ਬਸ ਪਾਣੀ ਛਾਣੀ ਇਹਨਾਂ ਨੂੰ ਪਾਤਾ, ਖੁਰਾਕ ਪਾਤੀ ਆ, ਅਤੇ ਹੁਣ ਆਪਾਂ ਨਿਕਲਦੇ ਹਾਂ ਮੰਡੀ, ਜਾ ਕੇ ਤੁਹਾਨੂੰ ਮਿਲਦੇ ਹਾਂ। ਰੋਟੀ ਬਣਦੀ ਤਾਂ ਤੁਸੀਂ ਦੇਖ ਲਈ ਆ, ਅਤੇ ਗਰਮੀ ਬਹੁਤ ਸੀਗੀ, ਮੈਂ ਥੱਕ ਕੇ ਆ ਗਿਆ ਇੱਧਰ ਨੂੰ, ਮੈਂ ਕਿਹਾ ਜਾ ਕੇ ਮੂੰਹ ਹੱਥ ਧੋਵਾਂ, ਅਤੇ ਆਹ ਦੇਖੋ ਅਗਰ ਤੁਸੀਂ ਮੂੰਹ ਹੱਥ ਧੋਣਾ ਤਾਂ ਇੱਦਾਂ ਪਾਣੀ ਦਾ ਖਾੜਾ ਲੱਗਾ, ਤੁਸੀਂ ਉਹਦੇ 'ਤੇ ਜੋ ਧੋਣਾ। ਉੱਧਰ ਹੁਣ ਪਾਸੇ ਧੁੱਪ ਆ ਗਈ ਆ, ਅਤੇ ਪਸ਼ਬੀਰ ਹੋਣੀ ਉਹ ਜਾ ਕੇ ਬਹਿ ਗਏ ਇੱਕ ਸਾਈਡ 'ਤੇ, ਇਹ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਦਾ, ਲੈ ਪਹਿਲੇ ਰੋਟੀ ਖਾ ਲਈਏ, ਰੋਟੀ ਖਾ ਲਈਏ, ਉਸ ਤੋਂ ਬਾਅਦ ਤੁਹਾਨੂੰ ਫਿਰ ਕਰਾਉਂਦਾ ਮੈਂ ਵਿਜ਼ਿਟ। ਉੱਦਾਂ ਮੰਡੀ ਦਾ ਤਾਂ ਕੰਮ ਕੋਈ ਨਹੀਂ ਸੀ ਅੱਜ, ਵੈਸੇ ਹੁਣ ਈਦ ਦੇ ਦਿਨ ਲੱਗ ਗਿਆ ਆਉਂਦੇ, ਅਤੇ ਵਾੜੇ ਵੂੜੇ ਲਵਾਉਣੇ ਸੀ, ਤਦ ਕਰਕੇ ਪਸ਼ਬੀਰ ਹੋਣੀ ਆਏ ਮੰਡੀ। ਬੱਕਰਾ ਵਾ, ਸੌਦਾ ਆਉਂਦਿਆ ਵਾ ਆਹ ਚਾਚੇ ਦਾ, 80 ਮੰਗਿਆ ਚਾਚੇ ਨੇ, 85 ਆ, 85 ਮੰਗ ਕੇ 83 ਕਿਹਾ ਚਾਚੇ ਨੇ, ਅਤੇ ਉਹ ਬੰਦੇ ਭਾਈ 68 ਲਾ ਕੇ ਅੜੇ ਆ ਬੱਕਰਾ। ਚਾਚਾ ਕਹਿੰਦਾ ਲਾਹੌਰ ਲੈ ਜਾਓ, ਇਹ 1,00,000 ਰੁਪਏ ਦਾ ਬੱਕਰਾ ਵਾ, ਆਹ ਬੰਦੇ ਲਾਹੌਰੋਂ ਲੈਣ ਆਏ, 1,00,000 ਰੁਪਏ ਦਾ ਬੱਕਰਾ, ਚਾਚਾ ਕਹਿੰਦਾ ਜਿੱਦਾਂ ਮਰਜ਼ੀ ਜਾ ਕੇ ਵੇਚ ਲਓ ਲਾਹੌਰ। ਹੈਂ, ਹੁਣ ਭਾਈ ਸ਼ਬੀਰ ਗੱਲ ਮਕਾਨ ਦੇ ਆ, ਜੇ ਮੁੱਕ ਜੇ ਇਹਨਾਂ ਦਾ ਸੌਦਾ ਹੋ ਜਾਵੇ, ਉਹਨਾਂ ਨੇ ਅੜੀ ਕੀਤੀ ਭਾਈ ਇੰਨੇ ਜੀ ਦੇਣਾ, ਜਾਣ ਕੇ ਤੇ ਨਾ ਲੈਣ ਵਾਲੀ ਗੱਲ ਕਰਦੇ ਸੱਚੀ ਹੋਈ। ਚਾਚਾ ਕਹਿੰਦਾ ਛੱਡ ਦੋ, ਨਹੀਂ ਦੇਣਾ। ਉਹ ਚਾਚਾ ਕਰਾ ਦਿੰਦੇ ਆ, ਕਰਾਉਂਦੇ ਸੌਦਾ, ਕਰਾਉਂਦੇ ਕਿੱਥੋਂ ਦਿੰਦਾ, ਤੂੰ ਦਿੰਦਾ ਵਾ, ਤੂੰ ਨਵੀਂ ਗੱਲ ਕਰ ਦੋ, ਦਿੰਦਾ ਵਾ ਥੋੜੇ ਨਹੀਂ ਤੇ ਬੱਕਰਾ ਵੀ ਤੇ ਵੇਖਣਾ, ਬੱਕਰਾ ਕਿਹੜਾ ਮਾੜਾ, ਉਹਦੇ ਬੱਕਰਾ ਵੀ ਲਵੋ, ਲਓ ਚਲੋ ਤੂੰ ਤਾਂ ਵੇਲਾ ਕਰਦਾ ਕਮਲਾ, 69,000 ਕੀਤਾ ਸੀ, ਹੁਣ 1,000 ਰੁਪਇਆ ਹੋਰ ਦਿੱਤਾ ਜੀ 70, ਇੰਨੇ ਚ ਕਹਿੰਦੇ ਗੱਲ ਨੀ ਬਣਦੀ, ਚਾਚਾ ਲੈ ਗਿਆ ਕਹਿੰਦਾ ਮੈਂ ਇੰਨੇ ਚ ਨੀ ਦੇਣਾ। ਉਹ ਚਾਚਾ ਹੋ ਚੱਲੀ ਗੱਲ, ਹੋ ਚੱਲੀ, ਉਹ ਠਾਕ ਦੇ ਉਹ 70 ਚ ਵੀ, ਚਾਚਾ ਕਹਿੰਦਾ ਮੈਂ ਨੀ ਦੇਣਾ। ਸੱਤਰ ਚ
ਚਾਚਾ ਕੋਈ ਨੀ ਜੇ ਖੁਸ਼ ਚਾਚਾ ਕਹਿੰਦਾ ਇੰਨੇ ਦੀ ਮੇਰੀ ਖਰੀਦ ਵੀ ਲਿਖੀ ਜਿੰਨੇ ਤੁਸੀਂ ਦਵਾ ਦਿੱਤਾ ਚਾਚਾ ਉਮਰਕੋਟ ਚੋਂ ਆ ਕੇ ਰੋਟੀ ਪਕਾ ਰਿਹਾ ਚਾਚਾ ਹੋ ਚੱਲਾ ਕਿ ਨਹੀਂ ਮੁੱਕ ਗਿਆ ਕੰਮ ਬਸ ਹੋ ਗਿਆ ਨੇੜੇ ਲੱਗ ਗਿਆ ਬੰਦੇ ਆਏ ਜੀ ਲਾਹੌਰੋਂ ਲੈਣ ਇੱਧਰ ਘੁਮਾਈ ਦੇ ਰਹਾ ਇਹਨੂੰ ਇੱਕ ਵਾਰੀ ਸਾਥ ਰੋਟੀ ਖਾ ਲਈਏ ਬਾਕੀ ਫਿਰ ਤੁਹਾਨੂੰ ਮੈਂ ਦਿਖਾਉਣਾ ਔਰ ਤੋਂ ਬਾਅਦ ਰੋਟੀ ਪੱਕੀ ਪਈ ਆ ਤੇ ਬੰਦੇ ਆ ਗਏ ਸੀਗੇ ਆਹ ਦੇਖੋ ਬੱਕਰੇ ਦੇ ਲੇਲੇ ਦੇ ਬੜੇ ਬੜੇ ਤਗੜੇ ਖਲੋਤੇ ਆਹ ਵੀ ਖਲੋਤਾ ਇੱਕ ਉਹਦੇ ਨਾਲੋਂ ਵੀ ਦੋ ਗੁਣਾ ਜਿਹੜਾ ਵੇਚਿਆ ਇਹ ਵੀ ਉਸੇ ਚਾਚੇ ਦਾ ਚਾਚੇ ਦਿੱਤੇ ਦਾ ਆਹ ਦੇਖੋ ਹੋਰ ਖੜੇ ਆ ਰੋਟੀ ਪਾਣੀ ਅਸੀਂ ਖਾ ਆਏ ਹਾਂ ਅਤੇ ਬਾਹਰ ਹੁਣ ਥੋੜ੍ਹੀ ਜਿਹੀ ਜਲਦੀ ਆ ਸ਼ਬੀਰ ਭਾਈ ਕਹਿੰਦਾ ਅਸੀਂ ਨਿਕਲਣਾ ਵਾ ਮੈਂ ਕਿਹਾ ਛੇਤੀ ਛੇਤੀ ਤੁਹਾਨੂੰ ਇੱਕ ਦੋ ਲੇਲੇ ਸੀਗੇ ਮੇਰੇ ਸਾਹਮਣੇ ਉਹ ਦਿਖਾ ਦਿਆਂ ਆਹ ਭਾਈ ਹੋਣਾ ਦੇ ਨੇ ਆਹ ਦੇਖੋ ਉਹਨੇ ਇੱਕ ਵੇਚਿਆ ਨਾ 70 ਦਾ ਇਹ ਉਹ ਤੋਂ ਵੱਡਾ ਵਾ ਉਹ ਤੋਂ ਚੰਗਾ ਭਲਾ ਵੱਡਾ ਡਬਲ ਆ ਅਤੇ ਇਹਦੇ ਭਲਾ ਸਤਾ 'ਚ ਕੀ ਡਿਮਾਂਡ ਆ ਇੱਕ ਲੱਖ ਦਸ ਹਜ਼ਾਰ ਡਿਮਾਂਡ ਅਤੇ ਵੇਚਣਾ ਕਿੱਥੇ ਜੇ ਤੇ ਉਹ ਗੱਲ ਉਹਨਾਂ ਵਾਲੀ ਕਿ ਜੇ ਲਾਹੌਰ ਗਿਆ ਤੇ ਫਿਰ ਇਹ ਡੇਢ ਦੇ ਵਿਕੇਗਾ ਉੱਥੇ ਜਾ ਕੇ ਉਹ ਵੀ ਲੈ ਲੈ ਉਸਤਾਦ ਹੋਣਾ ਦੇ ਨੇ ਇਸ ਤੋਂ ਬਾਅਦ ਇੱਧਰ ਆਹ ਸਾਰੇ ਆਹ ਥੋੜ੍ਹੇ ਜਿਹੇ ਹਲਕੇ ਨੇ ਮਤਲਬ ਕਿ ਉਹ ਵੱਡੇ ਨੇ ਇੱਧਰ ਵਾਲੇ ਆਹ ਥੋੜ੍ਹੇ ਜਿਹੇ ਛੋਟੇ ਨੇ ਇੱਧਰ ਇੱਧਰ 35,000 40,000 45,000 ਤੱਕ ਦੀ ਰੇਂਜ ਦੇ ਇੱਥੇ ਇੱਕ ਖਲੋਤਾ ਸੀਗਾ ਹੁਣ ਮੈਨੂੰ ਸਹੀ ਤਰ੍ਹਾਂ ਯਾਦ ਨਹੀਂ ਉੱਧਰ ਖਲੋਤਾ ਸੀਗਾ 38,000 ਰੁਪਇਆ ਦਾ ਕਹਿਣ ਦੇ ਸੀ ਉਹ ਬੜਾ ਪਰੇ ਖੜਾ ਉਹ ਨਹੀਂ ਸਿੰਘ ਵਾਲਾ ਆਲਾ ਉਰਲਾ ਆ ਇਹਦਾ 38,000 ਰੁਪਇਆ ਕਹਿ ਰਹੇ ਸੀਗੇ ਇੱਧਰ ਇੱਧਰ ਥੋੜ੍ਹੇ ਜਿਹੇ ਹਲਕੇ ਨੇ ਉੱਧਰ ਵਾਲੇ ਪਾਸੇ ਵੱਡੇ ਨੇ ਜਿੱਡੀ ਸਪੀਡ ਨਾਲ ਅਸੀਂ ਸੁਬਹਾ ਸੁਬਹਾ ਗਏ ਸੀ ਨਾ ਉਨਾ ਹੀ ਕੰਮ ਸੀ ਉੱਥੇ ਸਾਰੀ ਦਿਹਾੜੀ ਬੜੀ ਮਸਰੂਫੀਅਤ ਰਹੀ ਵੀਡੀਓ ਵੀ ਜ਼ਿਆਦਾ ਨਹੀਂ ਬਣਾਏਗੀ ਓਡੀ ਸਪੀਡ ਨਾਲ ਹੁਣ ਅਸੀਂ ਵਾਪਸ ਆਏ ਹਾਂ ਹਜੇ ਪਹੁੰਚੇ ਹੀ ਹਾਂ ਅਤੇ ਫੋਨ ਆਇਆ ਸੀ ਮੈਨੂੰ ਕਹਿੰਦੇ ਉਹ ਆਪਣਾ ਜਿਹੜੀਆਂ ਚਿੜੀਆਂ ਨੇ ਉਹਨਾਂ ਨੂੰ ਪੈ ਗਏ ਕੀੜੇ ਕੀੜੇ ਮਤਲਬ ਇਹ ਨਹੀਂ ਕਿ ਜ਼ਖਮ ਜ਼ੁਖਮ ਸੀਗੇ ਅਤੇ ਕੀੜੇ ਉਹ ਪੈ ਗਏ ਅੜੇ ਦੂਸਰੇ ਨਹੀਂ ਕੀੜੇ ਜਿਹੜੇ ਜ਼ਮੀਨੀ ਕੀੜੇ ਹੁੰਦੇ ਨੇ ਉਹ ਕਾਲੇ ਰੰਗ ਵਾਲੇ ਉਹ ਕਿਤੇ ਉਹ ਮਿੱਠੀ ਛਾਇਆ ਸੀ ਕੋਈ ਉਹ ਚੜ੍ਹ ਗਏ ਖੁੱਡੇ 'ਤੇ ਜਾ ਕੇ ਸਾਰਿਆਂ ਨੂੰ ਪੈ ਗਏ ਉਹ ਫਿਰ ਉਹਨਾਂ ਨੂੰ ਫੜ ਕੇ ਅਤੇ ਸਾਰੀਆਂ ਦੇ ਉੱਥੋਂ ਕੀੜੇ ਛੀੜੇ ਉਹਨਾਂ ਨੇ ਝਾੜੇ ਉਹਨਾਂ ਨੂੰ ਧੋ ਧੋ ਕੇ ਅਤੇ ਹੁਣ ਸਾਰਾ ਸਾਫ਼ ਕਰਕੇ ਅਤੇ ਉੱਥੇ ਰੱਖਿਆ ਉਹਨਾਂ ਨੂੰ ਹੁਣ ਜਾ ਕੇ ਨਾ ਮੇਰੀ ਸਲਾਹ ਪਈ ਆ ਕਿ ਪੇ ਬਣਦੀ ਪਈ ਕਿ ਤੂੜੀ ਅਤੇ ਉਹਦਾ ਇਹਨਾਂ ਦਾ ਪਿਆ ਨਾ ਉਹ ਬੁਰਾ ਜਿਹੜਾ ਮੈਂ ਲੈ ਕੇ ਆਇਆ ਸੀ ਹੁਣ ਖੁੱਡਿਆਂ 'ਚ ਜਾ ਕੇ ਉਹ ਰੱਖਦਾ ਅੱਜ ਵਿਚਾਰੀਆਂ ਚਿੜੀਆਂ ਨਾ ਅਤੇ ਤੋਤੇ ਦੇ ਨਾਲ ਨਾ ਬੜਾ ਜ਼ੁਲਮ ਹੋਇਆ ਹੈ ਉਹ ਦੱਸਿਆ ਮੈਨੂੰ ਘਰਦਿਆਂ ਨੇ ਕਿ ਇਹਨਾਂ ਨੂੰ ਨਾ ਇੱਧਰੋਂ ਕਿਤੇ ਕੀੜੇ ਆ ਗਏ ਸੀਗੇ ਅਤੇ ਉਹ ਚੜ੍ਹ ਗਏ ਉਹਨੇ ਤਾਂ ਘੇਰ ਲਿਆ ਇਹਨਾਂ ਸਾਰਿਆਂ ਨੂੰ ਹੁਣ ਫਿਰ
ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਦੇ ਪਿੰਜਰੇ ਛਿੰਜਰੇ ਧੋ ਕੇ ਉਹਨਾਂ ਨੂੰ ਬਾਹਰ ਕੱਢਿਆ ਵਾ। ਇਹਦੇ ਵਿੱਚ ਥੋੜ੍ਹੀ ਜਿਹੀ ਤੂੜੀ ਉਹਨਾਂ ਨੇ ਸੁੱਟ ਛੱਡੀ ਆ, ਪਰ ਉਹ ਹੁਣ ਮੈਂ ਇਹਦੀ ਤੂੜੀ ਥੋੜ੍ਹੀ ਜਿਹੀ ਹੈ ਨਾ ਥੱਲੇ ਨਾਲ ਆ ਵੀ ਪਾ ਦਿੰਦਾ ਕਿ ਇਹਨੂੰ ਕਹਿੰਦੇ ਨੇ ਜੋ ਵੀ ਕਹਿੰਦੇ ਨੇ ਆ ਪਾ ਕੇ ਨਾ, ਅਤੇ ਇਹਦੇ ਉੱਤੇ ਆ ਢੱਕਣ ਰੱਖ ਦਿੰਦਾ ਵਾਂ। ਕਹਿੰਦੇ ਕਿ ਢੱਕਣ ਜਦੋਂ ਤੱਕ ਇਹ ਲੁਕੇ ਨਾ ਹੋਣ ਉਦੋਂ ਤੱਕ ਆਂਡੇ ਨਹੀਂ ਦਿੰਦੇ ਹੈ। ਚਿੜੀਆਂ ਦਾ ਹੁਣ ਮੈਂ ਕਰ ਦੇਵਾਂ ਆ ਪਾ ਕੇ ਨਾ, ਅਤੇ ਫਿਰ ਜ਼ਰਾ ਤੋਤੇ ਦਾ ਹਾਲ ਚਾਲ ਪੁੱਛਦੇ ਹਾਂ, ਇਹਨਾਂ ਅੱਜ ਸਲਾਮ ਦੁਆ ਨਹੀਂ ਕੀਤੀ। ਹਾਂਡੀ ਦੇ ਵਿੱਚ ਉਹ ਪਾ ਕੇ ਨਾ ਆਪਣਾ ਕੀ ਉਹਨੂੰ ਕਹਿੰਦੇ ਨੇ ਤੂੜੀ ਦੇ ਨਾਲ ਜਿਹੜੀ ਮਿਲਾ ਕੇ ਆਇਆ ਸੀ ਅਤੇ ਉਹਦੇ ਉੱਤੇ ਢੱਕਣ ਲਾ ਦਿੱਤਾ ਵਾ ਚਿੜੀਆਂ, ਤਾਂ ਕਿ ਹੁਣ ਆਰਾਮ ਨਾਲ ਬਹਿ ਸਕਣ। ਹੁਣ ਮੈਨੂੰ ਉਮੀਦ ਹੈ ਇਨਸ਼ਾਅੱਲਾ ਇਹ ਆਂਡੇ ਦੇਣਗੀਆਂ। ਆ ਪਾਇਆ ਉਹ 'ਚ, ਅਤੇ ਆਇਆ ਦੀ ਹੁਣ ਮੈਂ ਕੱਢ ਕੇ ਟਰੇ ਅਤੇ ਮੈਂ ਕਿਹਾ ਇਹਨਾਂ ਨੂੰ ਸਾਫ਼ ਕਰਾਂ, ਪਾਣੀ ਛਾਣੀ ਦੇ ਵਿੱਚ ਪੈ ਗਿਆ ਸੀਗਾ। ਅਤੇ ਤੋਤਾ ਵਿਚਾਰਾ ਡਰਿਆ ਹੋਇਆ ਚੰਗਾ ਭਲਾ, ਗੱਲ ਹੀ ਨਹੀਂ ਸੁਣਦਾ, ਲੱਗ ਹੀ ਨਹੀਂ ਲੱਗਦਾ। ਤੋਤੇ ਦਾ ਹਾਲ ਚਾਲ ਪੁੱਛਦੇ ਹਾਂ, ਨਾਲੇ ਇਹਨਾਂ ਦਾ ਮੈਂ ਪਾਣੀ ਛਾਣੀ ਬਦਲ ਦੇਵਾਂ। ਮੀਆਂ ਮਿੱਟੂ ਮੀਆਂ ਮਿੱਟੂ, ਕਿੱਦਾਂ ਦਾ ਗਿਆ ਦਿਨ ਫਿਰ ਤੇਰਾ ਅੱਜ? ਅੱਜ ਸਾਰਾ ਦਿਨ ਨਹੀਂ ਲਾਗੇ ਲੱਗਾ ਮੈਂ ਤੇਰੇ। ਹੈਂ ਮੀਆਂ ਮਿੱਟੂ ਮੀਆਂ ਮਿੱਟੂ, ਮਿੱਠੂ ਨੂੰ ਹੁਣ ਟਮਾਟਰ ਹਰੀ ਮਿਰਚ ਅਤੇ ਨਾਲ ਉਹ ਮਟਰ ਲਿਆ ਕੇ ਪਾਏ ਨੇ, ਨਾਲ ਘਰਦਿਆਂ ਨੂੰ ਕਿਹਾ ਇੱਕ ਪਰਾਠੀ ਪਕਾਉਣ ਦੇ ਆ, ਰੋਟੀ ਦੀ ਬੁਰਕੀ ਇੱਕ ਪਾਵਾਂਗਾ ਵੱਡੀ ਸਾਰੀ, ਅਤੇ ਇਹਦੀ ਰਾਤ ਨਿਕਲ ਜਾਣੀ ਆ। ਪਾਣੀ ਬਦਲਤਾ ਵਾ ਮੀਆਂ ਮਿੱਟੂ। ਓਏ ਮੀਆਂ ਮਿੱਠੂ ਮਿੱਠੂ ਭਾਈ ਨਾਰਾਜ਼ ਆ। ਹੈਂ ਨਾਰਾਜ਼ ਹੈ? ਨਾਰਾਜ਼ਗੀਆਂ ਚੱਲ ਰਹੀਆਂ ਨੇ ਮਿੱਠੂ। ਓਏ ਓਏ ਮਿੱਠੂ ਮੀਆਂ ਮਿੱਠੂ, ਚੱਲ ਕੋਈ ਨਹੀਂ ਤੈਨੂੰ ਟੱਕਰਦੇ ਹਾਂ ਹੁਣ ਸੁਬਾਹ, ਅੱਜ ਤੂੰ ਨਾਰਾਜ਼ ਹੋ ਲਾ ਜਿਹੜਾ ਹੋਣਾ। ਰਾਤ ਹੋ ਗਈ ਆ ਭਾਈ ਜੀ, ਇਸ ਕਰਕੇ ਚਿੜੀਆਂ ਦਾ ਕਰਤਾ ਵਾ ਇੰਤਜ਼ਾਮ। ਆਹ ਦੇਖੋ ਅੱਜ ਤੁਸੀਂ ਦੇਖਣ ਦੇ ਚਾਰ ਹੀ, ਇੱਕ ਦੋ ਤਿੰਨ ਅਤੇ ਚਾਰ, ਉੱਧਰੋਂ ਵੀਡੀਓ ਨਹੀਂ ਸਹੀ ਆਉਂਦੀ ਆ, ਲਾਈਨ 'ਚ ਬੈਠੀਆਂ ਚਾਰ ਹੀ ਅੱਜ। ਆਹ ਦੇਖੋ ਆਹ ਵੀ ਤਦ ਕਰਕੇ ਬਾਹਰ ਹੱਥ ਨਾਲ ਫੜ ਕੇ ਬਾਹਰ ਕੱਢੀ ਆ, ਅਤੇ ਉਹਦੇ ਵਿੱਚ ਉਹ ਪਾ ਦਿੱਤੀ ਆ ਤੂੜੀ ਜਿਹੀ, ਅਤੇ ਉਹ ਕੀ ਉਹਨੂੰ ਕਹਿੰਦੇ ਆ ਜੋ ਵੀ ਕਹਿੰਦੇ, ਮੈਨੂੰ ਹੁਣ ਇਹਦਾ ਨਾਂ ਯਾਦ ਨਹੀਂ। ਠੀਕ ਆ ਦੋਸਤ, ਫਿਰ ਅੱਜ ਦੀ ਵੀਡੀਓ ਮੈਂ ਇੱਥੇ ਹੀ ਕਰ ਰਿਹਾ ਖਤਮ। ਮੈਨੂੰ ਦਿਓ ਇਜਾਜ਼ਤ, ਆਪਣਾ ਬਹੁਤ ਸਾਰਾ ਖਿਆਲ ਰੱਖਿਓ। ਅਗਰ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਕਮੈਂਟ ਕਰਕੇ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਆਪਣਾ ਬਹੁਤ ਸਾਰਾ ਖਿਆਲ ਰੱਖਿਓ। ਅੱਲਾ ਹਾਫਿਜ਼।